जंडियाला गुरु थाने की पुलिस को नशे के खिलाफ मिली बड़ी कामयाबी। पुलिस अधिकारियों ने बताया कि वार्ड नंबर 7 के 3 आरोपी को गिरफ्तार करके 30 ग्राम हीरोइन और अन्य मादक पदार्थ बरामद कर लिया गया। पुलिस अधिकारियों ने बताया है कि यह पता लगाया जा रहा है कि कहां से लाते थे। थाना जंडियाला की पुलिस ने अलग अलग मामलों में आरोपी गिरफ्तार कर 7,50,000 ड्रग मनी बरामद। ਅੱਜ ਜੋ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਡੇ ਚੱਤਰਾਂ ਨੂੰ ਮਾਨਯੋਗ SSP ਸਾਹਿਬ ਵੱਲੋਂ ਸਖ਼ਤ ਨਿਰਦੇਸ਼ਾਂ 'ਤੇ ਚੱਲ ਰਹੀ ਆ। ਜੰਡਿਆਲਾ ਪੁਲਿਸ ਨੂੰ ਕਾਫੀ ਸਫਲਤਾ ਮਿਲੀ ਆ, ਜਿਹਦੇ ਵਿੱਚ ਮੁਕੱਦਮਾ ਦਰਜ ਕਰਕੇ 3 ਦੋਸ਼ੀ ਵਾਰਡ ਨੰਬਰ 7 ਦੇ, ਜਿਨ੍ਹਾਂ 'ਚ ਮੇਨ ਰਜਿੰਦਰ ਸਿੰਘ ਨਿੱਕਾ ਜੋ ਬਦਨਾਮ ਸਪਲਾਇਰ ਸੀ ਅਤੇ ਕੁਲਵੀਰ ਸਿੰਘ ਕਾਲਾ ਅਤੇ ਯਾਦਵਿੰਦਰ ਸਿੰਘ ਰਿੰਕੂ, ਇਹ 3 ਫੜੇ ਨੇ। ਇਹਨਾਂ ਕੋਲੋਂ 30 ਗ੍ਰਾਮ ਹਾਇਰਨ ਪੰਨੀ ਅਤੇ ਹੋਰ ਪੀਣ ਵਾਲਾ ਜਿਹੜਾ ਸਮਾਨ ਉਹ ਪਕੜਿਆ ਵਾ। ਇਹਨਾਂ ਨੂੰ ਅਰੈਸਟ ਕਰ ਲਿਆ ਗਿਆ, ਇਹਨਾਂ ਦੀ ਪੁੱਛਗਿੱਛ ਹਲੇ ਚੱਲ ਰਹੀ ਹੈ। ਇਸ ਤੋਂ ਇਹਨਾਂ ਤੋਂ ਅੱਗੇ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਨੇ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ। ਇਸ ਤੋਂ ਅੱਗੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ 2 ਕਿਲੋ ਹੈਰੋਨ ਫੜ ਹੋਈ ਸੀਗੀ ਵਾਰਡ ਨੰਬਰ 7 'ਚੋਂ ਥਾਣਾ ਕਲਚੀਆਂ ਨੂੰ ਗੁਰਪ੍ਰੀਤ ਸਿੰਘ ਗੋਪੀ ਕੋਲੋਂ। ਉਹਦੀ ਪੁੱਛਗਿੱਛ 'ਤੇ ਇੱਕ ਸੰਦੀਪ ਸਿੰਘ ਘੂਟੀ ਨਾਂ ਦਾ ਬੰਦਾ 11 ਵਾਰਡ ਦਾ ਰਹਿਣ ਵਾਲਾ ਜੀ, ਉਹਦੀ ਗ੍ਰਿਫਤਾਰੀ ਹੋਈ ਆ। ਉਹਦੇ ਕੋਲੋਂ 7,50,000 ਰੁਪਈਆ ਡਰੱਗ ਮਨੀ ਬਰਾਮਦ ਹੋਈ ਹੈ ਜੀ। ਇਸ ਤੋਂ ਅੱਗੇ ਚੱਲਦੇ ਹਾਂ ਜੀ, ਡਰੱਗ ਦੇ ਵਿੱਚ ਭਗੌੜੇ ਫਤਿਹ ਜੰਗ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮਹਿਤਾ ਅਤੇ ਇੱਕ ਉਹਦਾ ਲੜਕਾ ਮਹਾਪਵਿੱਤਰ ਸਿੰਘ, ਜਿਹਦੇ ਬਾਰੇ ਸੂਚਨਾ ਪੁਲਿਸ ਨੂੰ ਮਿਲੀ ਸੀ, ਸਾਡੇ SC ਰਾਜਵੀਰ ਨੂੰ, ਚੌਂਕੀ ਇੰਚਾਰਜ ਨੂੰ ਅਤੇ ਰਣਜੀਤ ਸਿੰਘ ਨੂੰ ਵੀ। ਇੱਥੇ ਜੰਡਿਆਲੇ ਸ਼ਹਿਰ ਦੇ ਵਿੱਚ ਉਹ ਕਿਸੇ ਦੇ ਘਰ ਪਨਾਹ ਲੈ ਕੇ ਬੈਠੇ ਆ। ਰੇਡ ਕੀਤਾ ਗਿਆ ਤਾਂ ਉਹ ਘਰ ਵਾਲੇ ਜਿਹੜੇ ਹੈਗੇ ਆ, ਉਸ ਘਰ ਦੇ ਮਾਲਕ ਹਰਿੰਦਰ ਸਿੰਘ ਹੈਪੀ, ਉਹਦਾ ਪਰਿਵਾਰ ਅਤੇ ਗੁਰਕੀਰਤ ਸਿੰਘ ਅਤੇ ਇਹ ਮਹਾਪਵਿੱਤਰ ਸਿੰਘ ਅਤੇ ਇਹਨਾਂ ਦਾ ਬਾਪ ਜਿਹੜਾ ਫਤਿਹ ਜੰਗ, ਇਹ ਸਾਰੇ ਉੱਥੋਂ ਮਿਲੇ ਜੀ। 2 PO ਦੇ ਵਿੱਚ ਮਿਲ ਗਏ ਨੇ। ਇਹਨਾਂ ਦੀ ਗ੍ਰਿਫਤਾਰੀ ਹੋਈ, ਫਿਰ ਇਹ ਪਰਿਵਾਰ 'ਤੇ ਔਰ ਇਹਨਾਂ ਦੇ ਸਾਰਿਆਂ 'ਤੇ ਪਨਾਹ ਦਾ ਅਤੇ ਮਿਲੀ ਭੁਗਤ ਦਾ ਪਰਚਾ ਦਰਜ ਕਰਕੇ ਇਹਨਾਂ ਦੀ ਅਰੈਸਟ ਕਰ ਲਈ ਗਈ ਹੈ ਜੀ। ਕੋਰਟ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ। ਇਹ ਜਿਹੜਾ ਫਤਿਹ ਜੰਗ ਸਿੰਘ ਆ, ਇਹ 2022 ਤੋਂ ਥਾਣਾ ਮਹਿਤਾ ਦੀ ਪੁਲਿਸ ਥਾਣਾ ਮਹਿਤਾ ਵੱਲੋਂ ਇਹ ਭਗੌੜਾ ਕਰਾਰ ਦਿੱਤਾ ਗਿਆ ਵਾ, ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ। ਇਹ ਭਗੌੜਾ ਸੀਗਾ ਜੀ, ਇਹ ਫੜਿਆ ਗਿਆ ਜਿਹੜਾ ਮਹਾਪਵਿੱਤਰ ਸਿੰਘ ਆ, ਉਹ ਥਾਣਾ ਚਾਟੀ ਪਿੰਡ ਦੇ ਵਿੱਚ ਭਗੌੜਾ ਸੀਗਾ ਜੀ। ਉਹ ਥਾਣਾ ਚਾਟੀ ਪਿੰਡ ਨੂੰ ਇਨਫੋਰਮ ਕਰਦਾ, ਉਹ ਅਲੱਗ ਅਲੱਗ ਥਾਣਿਆਂ ਦੇ ਪੁਲਿਸ ਪਾਰਟੀਆਂ ਆਪਣੀ ਵੱਖਰੀ ਕਾਰਵਾਈ ਕਰਨਗੀਆਂ। ਕੀ ਪੁੱਛਗਿੱਛ ਲੱਗਦਾ ਜਿਹਨਾਂ ਕੋਲ ਹੋਰ ਤੋਂ ਮਿਲਦੀ ਸੰਭਾਵਨਾ? ਬਿਲਕੁਲ ਮਿਲੇਗਾ ਜੀ। ਇਹ ਜਿਹੜੇ ਨਸ਼ੇ ਦੇ ਵਿੱਚ ਡਰੱਗ ਦੇ ਵਿੱਚ PO ਆ ਭਗੌੜੇ ਆ, ਉਸ ਤੋਂ ਬਾਅਦ ਵੀ ਇਹ ਹੋ ਸਕਦਾ, ਮੇ ਬੀ ਸਾਡੀ ਪੁੱਛਗਿੱਛ ਇਹ ਗੱਲ ਆ ਵੀ ਇਹਨਾਂ ਦੇ ਕੋਲ ਇੰਟਰੋਗੇਸ਼ਨ ਵੀ ਇਹ ਇਹੀ ਧੰਦਾ ਕਰਦੇ ਹੋਣ, ਜੋ ਰਿਕਵਰੀ ਹੋਈ ਜਾਂ ਜੋ ਬਰਾਮਦ ਗਈ ਤਾਂ ਅੱਗੇ ਦੱਸ ਦਿੱਤਾ ਜਾਵੇ।